ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਆਪਣੀ 9th ਕਲਾਸ ਦਾ ਚੈਪਟਰ ਦ ਮੈਜਿਕ ਵਾਇਲੈਂਸ ਸਪਲੀਮੈਂਟਰੀ ਰੀਡਰ ਦੇ ਵਿੱਚੋਂ ਕਰਨ ਜਾ ਰਹੇ ਹਾਂ ਚੈਪਟਰ ਨੇਮ ਇਜ਼ ਦ ਮੈਜਿਕ ਵਾਇਲੈਂਸ ਐਂਡ ਇਟ ਇਜ਼ ਰਿਟਨ ਬਾਈ ਡਾਕਟਰ ਅਨੰਦ ਮਲਿਕ ਆਈ ਹੈਵ ਮੇਡ ਅ ਸਲਾਈਡ ਸ਼ੋ ਫॉर ਯੂ ਆਈ ਹੋਪ ਯੂ ਵਿਲ ਲਾਈਕ ਇਟ ਲੈਟਸ ਸਟਾਰਟ ਆਰ ਸਲਾਈਡ ਸ਼ੋ ਦ ਮੈਜਿਕ ਵਾਇਲੈਂਸ ब्रीफ इंट्रोडक्शन टू द स्टोरी इट इज़ अ स्टोरी ऑफ अ लिटल बॉय एक छोटे जे बच्चे की कहानी है he is very poor, ही इज़ वेरी पुअर वो बहुत ही गरीब है यट ही इज ऑलवेज़ हैप्पी पर फिर भी वह हमेशा खुश रहता है हिज पेरेंट्स डाई वेन ही इज़ वेरी यंग ਉਸਦੇ ਮਾਤਾ ਪਿਤਾ ਉਦੋਂ ਮਾਰਗੇ ਸੀ ਜਦੋਂ ਕਿ ਉਹ ਬਹੁਤ ਛੋਟਾ ਸੀ ਹੀ ਇਜ਼ ਇਨ ਸਰਚ ਆਫ ਅ ਵਰਕ ਉਹ ਕੰਮ ਦੀ ਭਾਲ ਚ ਇੱਧਰ ਉੱਧਰ ਘੁੰਮ ਰਿਹਾ ਸੀ ਹੀ ਗੋਜ਼ ਟੂ ਵਰਕ ਵਿਦ ਦਾ ਫਾਰਮਰ ਫਿਰ ਉਹ ਇੱਕ ਕਿਸਾਨ ਦੇ ਕੋਲ ਕੰਮ ਕਰਨ ਲਈ ਜਾਂਦਾ ਹੈ ਹੀ ਵਰਕਸ देयर ਫੋਰ 3 ইয়ারਸ ਉਹ ਉੱਥੇ 3 ਸਾਲਾਂ ਦੇ ਲਈ ਕੰਮ ਕਰਦਾ ਹੈ ਬਟ ਦਾ ਫਾਰਮਰ ਇਜ਼ ਮੀਜ਼ਰ ਐਂਡ ਅ ਮੀਨ ਪਰਸਨ ਪਰ ਜਿਹੜਾ ਫਾਰਮਰ ਹੁੰਦਾ ਹੈ ਉਹ ਬਹੁਤ ਹੀ ਲਾਲਚੀ ਅਤੇ ਨੀਚ ਕਿਸਮ ਦਾ ਇਨਸਾਨ ਸੀ ਹੀ ਗਿਵਸ ਦਾ ਬாய் ਓਨਲੀ 3 ਕਾਪਰ ਕੋਇਨ ਸਾਈਨ ਐਸ ਹਿਸ ਵੇਜਸ ਫੋਰ 3 ਇਅਰਸ ਉਹ ਲੜਕੇ ਨੂੰ ਸਿਰਫ ਤਿੰਨ ਸਤਾਂਬੇ ਦੇ ਸਿੱਕੇ ਜਿਹੜਾ ਹੈ ਉਸ ਦੀ ਵੇਜਸ ਦੇ ਤੌਰ ਤੇ ਦਿੰਦਾ ਹੈ ਜਿਹੜਾ ਕਿ ਉਹ ਤਿੰਨ ਸਾਲਾਂ ਦੇ ਲਈ ਉਹਦੇ ਕੋਲ ਕੰਮ ਕਰਦਾ ਹੈ ਲੜਕਾ ਜਿਹੜਾ ਹੈ ਉਸ ਨੂੰ ਕਹਿੰਦਾ ਹੈ ਕਿ ਉਸ ਤੇ ਬਣਦੇ ਹੱਕ ਦੀ ਜਿਹੜੀ ਹੈ ਉਸ ਨੂੰ ਕਮਾਈ ਦਿੱਤੀ ਜਾਵੇ ਪਰ ਜਿਹੜਾ ਕਿਸਾਨ ਹੁੰਦਾ ਹੈ ਉਹ ਕਹਿੰਦਾ ਹੈ ਕਿ ਜਦੋਂ ਉਸ ਦੇ ਕੋਲ ਕੰਮ ਕਰਨ ਲੱਗਿਆ ਸੀ ਤਾਂ ਉਹਨਾਂ ਦੇ ਵਿੱਚ ਤਨਖਾਹ ਨੂੰ ਲੈ ਕੇ ਕੋਈ ਵੀ ਡਿਸਕਸ਼ਨਸ ਨਹੀਂ ਹੋਈਆਂ ਸੀਗੀਆਂ ਯਾਨੀ ਕਿ ਅਸੀਂ ਕੋਈ ਵੀ ਨਿਸ਼ਚਿਤ ਰਕਮ ਰੱਖੀ ਨਹੀਂ ਸੀ ਲੜਕਾ ਉਦਾਸ ਹੋ ਜਾਂਦਾ ਹੈ ਪਰ ਦਾ ਬாய் ਟੇਕਸ ਦਾ ਕੁਆਇਨਸ ਐਂਡ ਗੋਜ਼ ਅਵੇ ਫਿਰ ਵੀ ਉਹ ਸਿੱਕੇ ਲੈਂਦਾ ਹੈ ਤੇ ਚਲਾ ਜਾਂਦਾ ਹੈ ਓਨ ਹਿਸ ਵੇ ਹੀ ਮੀਸ ਅ ਬੈਗਰ ਹੂ ਇਜ਼ ਵੈਰੀ ਹੰਗਰੀ ਰਸਤੇ ਚੋ ਇੱਕ ਗਰੀਬ ਕਿਸਾਨ ਭਿਖਾਰੀ ਨੂੰ ਮਿਲਦਾ ਹੈ ਜਿਹੜਾ ਕਿ ਬਹੁਤ ਹੀ ਭੁੱਖਾ ਹੁੰਦਾ ਹੈ ਦ ਬாய் ਗਿਵਸ 올 ਦ 3 ਕੁਆਇਨਸ ਟੂ ਦ ਬੈਗਰ ਬੈਗਰ ਦੀ ਹਾਲਤ ਵੇਖ ਕੇ ਲੜਕੇ ਨੂੰ ਬੜਾ ਹੀ ਤਰਸ ਆਂਦਾ ਹੈ ਤੇ ਉਹ ਆਪਣੇ ਤਿੰਨੋਂ ਸਿੱਕੇ ਜਿਹੜਾ ਹੈ ਉਸ ਗਰੀਬ ਭਿਖਾਰੀ ਨੂੰ ਦੇ ਦਿੰਦਾ ਹੈ ਦ ਬੈਗਰ ਇਜ਼ ਵੈਰੀ ਪਲੀਜ਼ਡ ਜਿਹੜਾ ਭਿਖਾਰੀ ਹੁੰਦਾ ਹੈ ਉਹ ਬੜਾ ਖੁਸ਼ ਹੋ ਜਾਂਦਾ ਹੈ। He tells by that he is no beggar. ਉਹ ਲੜਕੇ ਨੂੰ ਦੱਸਦਾ ਹੈ ਕਿ ਉਹ ਭਿਖਾਰੀ ਨਹੀਂ ਹੈ। He is in fact an angel. ਅਸਲ ਵਿੱਚ ਉਹ ਇੱਕ ਐਂਜਲ ਹੈ। He gives the boy a magic gun. ਉਹ ਲੜਕੇ ਨੂੰ ਜਿਹੜਾ ਹੈ ਇੱਕ ਮੈਜਿਕ ਗਨ ਜਾਦੂਈ ਬੰਦੂਕ ਦਿੰਦਾ ਹੈ and a violin. ਤੇ ਇੱਕ ਵਾਇਲਨ ਦਿੰਦਾ ਹੈ। the magic gun never misses the aim ਜਿਹੜੀ ਮੈਜਿਕ ਗਨ ਦੀ ਖਾਸੀਅਤ ਕੀ ਹੁੰਦੀ ਹੈ ਕਿ ਉਹ ਆਪਣਾ ਨਿਸ਼ਾਨਾ ਕਦੇ ਵੀ ਚੁੱਕਦੀ ਨਹੀਂ ਹੈ the magic violin can make everyone dance ਤੇ ਮੈਜਿਕ ਵਾਇਲਨ ਦਾ ਕੁੰਨ ਕੀ ਹੁੰਦਾ ਹੈ ਕਿ ਉਹ ਸਾਰਿਆਂ ਨੂੰ ਨਚਣੇ ਲਾ ਦਿੰਦਾ ਹੈ ਭਾਵੇਂ ਜਦੋਂ ਵੀ ਮੈਜਿਕ ਵਾਇਲਨ ਵੱਜਦਾ ਹੈ ਤਾਂ ਸਾਰੇ ਨੱਚਣ ਲੱਗ ਜਾਂਦੇ ਹਨ ਉਦੋਂ ਤੱਕ ਜਦੋਂ ਤੱਕ ਉਹ ਵਜਣਾ ਬੰਦ ਨਹੀਂ ਹੁੰਦਾ Now the boy goes back to the farmer again. ਹੁਣ ਲੜਕਾ ਜਿਹੜਾ ਹੈ ਉਹ ਕਿਸਾਨ ਦੇ ਕੋਲ ਫਿਰ ਜਾਂਦਾ ਹੈ। ਔਰ ਆਪਣੇ ਫਿਰ ਕਮਾਈ ਦੀ ਮੰਗ ਕਰਦਾ ਹੈ। The farmer ਜਿਹੜਾ ਹੁੰਦਾ ਹੈ ਉਹ ਨੂੰ ਕਹਿੰਦਾ ਹੈ ਕਿ ਉਸ ਦੀ ਕਮਾਈ ਉਸ ਨੇ ਪਹਿਲਾਂ ਹੀ ਦੇ ਦਿੱਤੀ ਹੈ। ਪਰ ਲੜਕਾ ਕੀ ਕਰਦਾ ਹੈ ਵਾਇਲ ਮੇਜਨਾ ਸ਼ੁਰੂ ਕਰ ਦਿੰਦਾ ਹੈ ਤੇ ਕਿਸਾਨ ਨੱਚਣ ਲੱਗ ਜਾਂਦਾ ਹੈ ਤੇ ਲੜਕਾ ਉਸ ਦੇ ਘਰ ਦੇ ਅੰਦਰ ਜਾ ਕੇ ਚਾਂਦੀ ਦੇ ਜਿਹੜੇ ਸਿੱਕੇ ਆ ਉਹ ਚੱਕ ਲੈਂਦਾ ਹੈ। ਦਾ ਫਾਰਮਰ ਸੇਜ਼ ਹੀ ਇਜ਼ ਅ ਥੀਫ ਐਂਡ ਹੈਜ਼ ਹਿਮ ਅਰੈਸਟਡ ਫਾਰਮਰ ਪੁਲਿਸ ਦੇ ਕੋਲ ਜਾਂਦਾ ਹੈ ਤੇ ਸ਼ਿਕਾਇਤ ਕਰਦਾ ਹੈ ਕਿ ਲੜਕਾ ਚੋਰ ਹੈ ਤੇ ਇਸ ਨੇ ਚੋਰੀ ਕੀਤੀ ਹੈ ਤੇ ਉਸ ਨੂੰ ਅਰੈਸਟ ਕਰਵਾ ਦਿੰਦਾ ਹੈ ਦਾ ਮੈਜਿਸਟ੍ਰੇਟ ਆਰਡਰ ਸੈਟ ਦਾ ਬॉय ਸ਼ੁੱਡ ਬੀ ਹੈਂਡ ਜਿਹੜਾ ਮੁੱਖ ਨਿਆਇਦੀਸ਼ ਕੋਲ ਮੁਕਦਮਾ ਜਦੋਂ ਚੱਲਦਾ ਹੈ ਤੇ ਲੜਕੇ ਨੂੰ ਕੀ ਸਜ਼ਾ ਮਿਲਦੀ ਹੈ ਕਿ ਉਸ ਨੂੰ ਫਾਂਸੀ ਦੇ ਫੰਦੇ ਦੇ ਉੱਤੇ ਟੰਗ ਦਿੱਤਾ ਜਾਵੇ ਲੜਕਾ ਜਿਹੜਾ ਹੈ ਉਹ ਰਿਕੁਐਸਟ ਕਰਦਾ ਹੈ ਮੈਜਿਸਟ੍ਰੇਟ ਨੂੰ ਕਿ ਇੱਕ ਵਾਰੀ ਮਰਨ ਤੋਂ ਪਹਿਲਾਂ ਉਸ ਨੂੰ ਉਸ ਦਾ ਮੋਬਾਈਲ ਹੈ ਨਾ ਜਿਹੜਾ ਹੈ ਉਹ ਜਾਨ ਦਿੱਤਾ ਜਾਵੇ ਲੜਕਾ ਆਪਣਾ ਵਾਇਲਨ ਵਜਾਉਣਾ ਸ਼ੁਰੂ ਕਰ ਦਿੰਦਾ ਹੈ ਦਾ ਮੈਜਿਸਟ੍ਰੇਟ ਦਾ ਹੈਂਗਮੈਨ ਐਂਡ ਦਾ ਫਾਰਮਰ ਹੈਵ ਟੂ ਕੀਪ ਡਾਂਸਿੰਗ ਵਾਈਲ ਦਾ ਬாய் ਇਜ਼ ਪਲੇਇੰਗ ਇਟ ਮੈਜਿਸਟ੍ਰੇਟ ਨੂੰ ਹੈਂਗਮੈਨ ਯਾਨੀ ਕਿ ਫਾਂਸੀ ਦੇਣ ਵਾਲੇ ਨੂੰ ਤੇ ਕਿਸਾਨ ਨੂੰ ਉਦੋਂ ਤੱਕ ਨੱਚਣਾ ਪੈਂਦਾ ਹੈ ਜਦੋਂ ਤੱਕ ਲੜਕਾ ਵਾਇਲਨ ਵਜਾਈ ਜਾਂਦਾ ਹੈ ਦੇ 올 ਬਿਕਮ ਵੈਰੀ ਟਾਇਰਡ ਸਾਰੇ ਬੜੇ ਥੱਕ ਜਾਂਦੇ ਨੇ ਬਟ ਦੇ ਕੁਡ ਨਾਟ ਸਟਾਪ ਡਾਂਸਿੰਗ ਪਰ ਉਹ ਨੱਚਣਾ ਬੰਦ ਨਹੀਂ ਕਰ ਪਾਉਂਦੇ ਕਿਉਂਕਿ ਮੈਜਿਕ ਵਾਇਲਨ ਤਾਂ ਸਾਰਿਆਂ ਨੂੰ ਨੱਚਣਾ ਹੀ ਪੈਂਦਾ The boy said he stops playing only when he has gone beyond their reach. ਲੜਕਾ ਕਹਿੰਦਾ ਹੈ ਕਿ ਉਹ ਉਦੋਂ ਹੀ ਵਜਾਣਾ ਬੰਦ ਕਰੇਗਾ ਜਦੋਂ ਉਹ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਚਲਾ ਜਾਏਗਾ। The boy has a magic gun so no one dares to follow him. ਲੜਕੇ ਦੇ ਕੋਲੇ ਇੱਕ ਮੈਜਿਕ ਗਨ ਹੁੰਦੀ ਹੈ ਜਿਸ ਦਾ ਨਿਸ਼ਾਨਾ ਕਦੇ ਮਿਸ ਨਹੀਂ ਹੁੰਦਾ ਸੀ ਇਸ ਕਰਕੇ ਕੋਈ ਵੀ ਉਸ ਦਾ ਪਿੱਛਾ ਕਰਨ ਦੀ ਹਿੰਮਤ ਨਹੀਂ ਕਰਦਾ। ਇਸ ਤਰ੍ਹਾਂ ਜਿਹੜਾ ਹੈ ਸਟੋਰੀ ਖਤਮ ਹੁੰਦੀ ਹੈ ਆਈ ਹੋਪ ਯੂ ਲਾਈਕ ਇਟ ਤੇ ਤੁਹਾਨੂੰ ਮਜ਼ਾ ਵੀ ਆਇਆ ਹੋਵੇਗਾ ਕਹਾਣੀ ਸੁਣ ਕੇ ਥੈਂਕ ਯੂ ਹੈਵ ਅ ਨਾਈਸ ਡੇ